ਜੈ ਹਿੰਦ ਬਈ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਇਆ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਪਡੇਟ ਲੈ ਕੇ, ਅਤੇ ਇਹ ਜਿਹੜਾ ਅਪਡੇਟ ਹੈ ਦੋਸਤੋ ਪੀ ਟ੍ਰਿਪਲੈਸਬੀ ਦੇ ਵੱਲੋਂ ਆ ਰਿਹਾ, ਅਤੇ ਹਾਲ ਹੀ ਵਿੱਚ ਪੀ ਟ੍ਰਿਪਲੈਸਬੀ ਨੇ ਕਈ ਤਰ੍ਹਾਂ ਦੀ ਪੋਸਟਾਂ ਜਿਹੜੀਆਂ ਓਪਨ ਕੀਤੀ ਹੈ, ਕੁਝ 2023 ਵਾਲੀ ਪੋਸਟਾਂ ਇਨਕਰੀਜ਼ ਕਰਕੇ ਉਹਨਾਂ ਦੇ ਫੋਰਮ ਓਪਨ ਕੀਤੇ ਗਏ ਹੈ, ਅਤੇ ਕੁਝ ਲੇਟੈਸਟ ਪੋਸਟਾਂ ਨੇ, ਅਤੇ ਇਸ ਦੇ ਵਿੱਚ ਸਭ ਤੋਂ ਘੱਟ ਕੁਆਲੀਫਿਕੇਸ਼ਨ ਦੀ ਪੋਸਟ ਆ ਦੋਸਤੋ ਅੱਜ ਜਾਰੀ ਕੀਤੀ ਗਈ ਹੈ, ਅਤੇ ਪੋਸਟ ਹੈ ਜੀ ਜੇਲ੍ਹ ਵਾਰਡਰ ਅਤੇ ਮੈਟਰਨ ਦੀ। ਇੱਥੇ ਆਪਾਂ ਪੋਸਟਾਂ ਦੀ ਗੱਲ ਕਰੀਏ ਦੋਸਤੋ, 175 ਪੋਸਟਾਂ ਜਿਹੜੀਆਂ ਜੇਲ੍ਹ ਵਾਰਡਰ ਦੀ ਜਾਰੀ ਕੀਤੀ ਗਈ ਹੈ, ਅਤੇ 4 ਪੋਸਟਾਂ ਜੇਲ੍ਹ ਮੈਟਰਨ ਦੀ ਜਾਰੀ ਕੀਤੀ ਗਈ ਹੈ, ਠੀਕ ਹੈ। ਅਤੇ ਇਹਨਾਂ ਦੇ ਫੋਰਮ ਜਿਹੜੇ 29 ਜੁਲਾਈ ਤੋਂ ਸਟਾਰਟ ਹੋ ਜਾਣਗੇ, 20 ਅਗਸਤ ਤੱਕ ਤੁਸੀਂ ਆਪਦੇ ਫੋਰਮ ਭਰ ਸਕਦੇ ਹੋ। ਅਤੇ ਇੱਥੇ ਦੋਸਤੋ ਮੇਨ ਗੱਲ ਹੁੰਦੀ ਹੈ ਤੁਹਾਡੇ ਫਿਜ਼ੀਕਲ ਦੀ, ਠੀਕ ਹੈ। ਤਾਂ ਤੁਸੀਂ ਜਿਹੜਾ ਫਿਜ਼ੀਕਲ ਵੀ ਵਧੀਆ ਤਰੀਕੇ ਨਾਲ ਤਿਆਰ ਰੱਖਣਾ, ਇਸਦਾ ਫਿਜ਼ੀਕਲ ਪੰਜਾਬ ਪੁਲਿਸ ਭਰਤੀ ਵਾਂਗੂ ਨਹੀਂ ਹੁੰਦਾ, ਇਸ ਦੇ ਵਿੱਚ ਸਪ੍ਰਿੰਟ ਦੇ ਅਕੋਰਡਿੰਗ ਤੁਹਾਡੀ 100 ਮੀਟਰ ਦੀ ਰਨਿੰਗ ਹੁੰਦੀ ਹੈ, ਇਸ ਤੋਂ ਇਲਾਵਾ ਤੁਸੀਂ ਰੱਸਾ ਚੜ੍ਹਨਾ ਹੁੰਦਾ ਹੈ, ਠੀਕ ਹੈ। ਤਾਂ ਇਹ ਕੁਝ ਇਵੈਂਟ ਹੁੰਦੇ ਆ ਜਿਹੜੇ ਪੰਜਾਬ ਪੁਲਿਸ ਤੋਂ ਵੱਖਰੇ ਹੁੰਦੇ ਆ, ਸੋ ਇਹ ਚੀਜ਼ ਤੁਸੀਂ ਧਿਆਨ ਰੱਖਿਓ। ਇਸ ਤੋਂ ਇਲਾਵਾ ਦੋਸਤੋ ਸਭ ਤੋਂ ਹਾਈ ਰੈਂਕ ਦੀ ਇੱਥੇ ਪੋਸਟ ਦੀ ਗੱਲ ਕਰੀਏ ਤਾਂ ਗਰੁੱਪ ਬੀ ਦੇ ਲੈਵਲ ਦੀ ਪੋਸਟਾਂ ਵੀ ਇਹਨਾਂ ਨੇ ਜਾਰੀ ਕੀਤੀ ਹੋਈ ਹੈ, ਜਿਸ ਦਾ ਨੋਟੀਫਿਕੇਸ਼ਨ 5/2023 ਸੀ। ਪਿਛਲੇ ਸਾਲੇ ਪੋਸਟਾਂ ਜਾਰੀ ਹੋਈ ਸੀ, ਬਟ ਇਹ 2-3 ਵਾਰ ਇਨਕਰੀਜ਼ ਹੋ ਕੇ ਹਾਲੇ ਤੱਕ ਇਸ ਦੇ ਫੋਰਮ ਹੀ ਭਰੇ ਜਾ ਰਹੇ ਹੈ। ਸੋ ਚਾਹੋ ਤਾਂ ਤੁਸੀਂ ਉੱਥੇ ਵੀ ਆਪਦੇ ਫੋਰਮ ਜਿਹੜੇ ਸਬਮਿਟ ਕਰ ਸਕਦੇ ਹੋ। ਕੋਈ ਗੱਲ ਨਾ ਸਮਝ ਆਈ ਹੋਏ, ਕੋਈ ਡਾਊਟ ਹੋਏ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਅਤੇ ਇਹ ਜਿਹੜਾ ਨੋਟੀਫਿਕੇਸ਼ਨ ਹੈ ਦੋਸਤੋ ਹਾਲੇ ਤੱਕ ਇਸ਼ਤਿਹਾਰ ਦੇ ਵਿੱਚ ਹੀ ਜਾਰੀ ਹੋਇਆ, ਸ਼ਾਮ ਤੱਕ ਸਾਈਟ ਦੇ ਉੱਤੇ ਅਪਡੇਟ ਹੋ ਜਾਏਗਾ, ਤੁਸੀਂ ਟੈਨਸ਼ਨ ਨਹੀਂ ਲੈਣੀ। 100% ਓਫੀਸ਼ੀਅਲ ਨਿਊਜ਼ ਹੈ। 175 ਜੇਲ੍ਹ ਵਾਰਡਨ ਅਤੇ 4 ਮੈਟਰਨ ਦੀ ਪੋਸਟਾਂ ਜਿਹੜੀਆਂ ਪੀ ਟ੍ਰਿਪਲੈਸਬੀ ਨੇ ਜਾਰੀ ਕਰ ਦਿੱਤੀ ਹੈ। ਸੋ ਤੁਸੀਂ ਆਪੋ ਆਪਦੀ ਬਾਈ ਤਿਆਰੀ ਸਟਾਰਟ ਕਰ ਦੇਣੀ ਹੈ, ਕੋਈ ਡਾਊਟ ਹੋਏ ਤਾਂ ਪੁੱਛ ਲਿਓ। ਬਾਕੀ ਆਪਾਂ ਮਿਲਦੇ ਹਾਂ ਇਸ ਦੀ ਨੈਕਸਟ ਵੀਡੀਓ ਵਿੱਚ, ਉਦੋਂ ਤੱਕ ਦੇ ਲਈ ਰੱਬ ਰਾਖਾ।